ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਹੋ ਚੁੱਕੀ ਹੈ ਅਤੇ ਆਪਾਂ ਹੈਗੇ ਹਾਂ ਵਿੰਕੋ ਲੋੜ ਲਾਉਣ ਆਏ ਹਾਂ ਸ਼ਾਟਲ ਨਾ ਸ਼ਾਟਲ ਦੇ ਨਾਲ ਹੀ ਜਿੱਦਾਂ ਕਰੋ ਟਕੋਮਾ ਸ਼ਾਟਲ ਦੇ ਵਿੱਚ ਵਿੱਚ, ਕਿਉਂਕਿ ਥੋੜ੍ਹੇ ਥੋੜ੍ਹੇ ਗੈਪ ਦੇ ਬਾਅਦ ਫਰਕ ਪੈ ਜਾਂਦਾ ਨੇਮ ਦਾ। ਵਧੀਆ ਮੌਸਮ ਇੱਥੇ, ਘੈਂਟ ਬਹੁਤ। ਸਟਾਰਬਕ ਲੈਣ ਚੱਲੇ ਹਾਂ, ਉਦਾਂ ਦੇ ਚਾਹ ਆਪਾਂ ਪੀ ਦੀ ਅੱਜ, ਮੈਂ ਕਿਹਾ ਲੱਗ ਗਏ ਆ ਤਾਂ ਚਲੋ ਕਿਤੇ ਅਸੀਂ ਵੀ ਵਲੈਤੀ ਬਣ ਜਾਂਦੇ ਹਾਂ, ਸਟਾਰਬਕ ਪੀ ਲਈਏ, ਨਹੀਂ ਤਾਂ ਆਈ ਡੋਂਟ ਲਾਈਕ ਇਟ, ਮੈਨੂੰ ਪਸੰਦ ਹੀ ਨਹੀਂ ਹੈਗੀ, ਥੋੜ੍ਹੀ ਬਹੁਤ ਹੀ ਸੋ ਸੋ। ਇੱਧਰ ਹੈਗੀ ਸਟਾਰਬਕ ਫੈਡਰਲ। ਵੇ ਮੌਸਮ ਕਿੰਨਾ ਘੈਂਟ ਲੈ ਕੇ ਕਿ ਨਹੀਂ ਯਾਰ, ਕੈਲੀਫੋਰਨੀਆ ਸੜ ਗਿਆ ਗਰਮੀ 'ਚ। ਚੱਕਣੀ ਆਪਾਂ ਚਾਹ ਹੀ ਆ, ਭਾਵੇਂ ਹੋਵੇ ਸਟਾਰਬਕ ਅਤੇ ਭਾਵੇਂ ਹੋਵੇ ਕੁਛ ਵੀ, ਇਹਨੂੰ ਕਹਿੰਦੇ ਨੇ ਸਟਾਰਬਕ ਚਾਈਡੀ ਲਾਤੇ ਨਾ। ਜਿਹ 'ਚ ਚਾਹ ਦਾ ਆ ਗਿਆ ਉਹ ਸਮਝ, ਸਾਨੂੰ ਪਸੰਦ ਹੀ ਪਸੰਦ ਆ। ਬਾਕੀ ਵੈਦਰ ਸਾਰਾ, ਵੈਦਰ ਤਾਂ ਨਾਈਸ ਆ। ਲਓ ਜੀ ਵੀਰੋ ਭਰਾਓ, ਪਹੁੰਚ ਗਏ ਹਾਂ ਟਰੱਕ ਦੇ ਵਿੱਚ। ਬਾਬਾ ਜੀ ਸਾਡੇ ਲੱਗੇ ਹੋਏ ਨੇ, ਕੌਮ ਦੇ ਸ਼ਹੀਦ ਅਮਰ ਸ਼ਹੀਦ ਨਹੀਂ ਸਾਡੇ ਦਿਲਾਂ ਦੇ ਵਿੱਚ ਆਲਵੇਸ। ਸੋ ਅਸੀਂ ਇਹਨਾਂ ਦੇ ਪਹਿਰਾਵਿਆਂ 'ਤੇ ਤੁਰਾਂਗੇ ਅਤੇ ਤੁਰਦੇ ਰਹਾਂਗੇ। ਕੱਲ੍ਹ ਦੀ ਚਾਹ ਲਈ ਇਹ ਨਹੀਂ ਪੀਤੀ ਗਈ, ਸੋ ਸੈਡ ਤੇਰੇ ਲਈ ਚਾਹ। ਇੱਦਾਂ ਹੋ ਨਹੀਂ ਸਕਦਾ ਵੀ ਆਪਾਂ ਤੈਨੂੰ ਪੀਏ ਨਾ, ਪਰ ਪੀ ਸਕਦੇ ਹੀ, ਪਰ ਆਪਾਂ ਤੈਨੂੰ ਪੀਣਾ ਨਹੀਂ ਕਿਉਂਕਿ ਤੂੰ ਠੰਡੀ ਹੋ ਚੁੱਕੀ ਹੈ। ਤੂੰ ਸਾਡੇ ਹੱਥਾਂ 'ਤੇ ਨਹੀਂ ਬਣੀ, ਤੇਰਾ ਪਤਾ ਨਹੀਂ ਪਿੱਠ ਪਿੱਛੇ ਕੀ ਬਣਿਆ। ਸੋ ਲੋੜ ਹਾਲੇ ਲੱਥਣੀ ਡਿਆ, ਪਤਾ ਨਹੀਂ ਨਾ ਕੋਈ ਬੱਤੀ ਨਾ ਛੱਤੀ, ਅਤੇ ਸਾਨੂੰ ਕਿੱਦਾਂ ਪਤਾ ਲੱਗੂ ਲੋੜ ਲੱਥ ਗਿਆ। ਪਤਾ ਨਹੀਂ ਹੁਣ ਬਾਹਰ ਆਉਂਦਾ ਕੀ ਕਰਦੇ, ਮੈਂ ਤਾਂ ਅੱਧਾ ਘੰਟਾ ਹੋ ਗਿਆ, ਅੱਧਾ ਤੁਰਿਆ ਫਿਰਨ ਡਿਆ, ਲਾ ਵੀ ਦਿੱਤਾ ਹੋ ਸਕਦਾ ਇਹਨਾਂ ਦਾ, ਪਰ ਐਡੀ ਛੇਤੀ ਨਹੀਂ ਲੱਗਦੇ ਲਾਉਣ ਵਾਲੇ। ਨਹੀਂ 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 ਲਾਉਣ ਡੇ ਲੱਗਦਾ, ਟਰੱਕ ਲਿਆ ਹਿੱਲਿਆ ਹਿੱਲਿਆ ਹਿੱਲਿਆ। ਸੋ ਲਾ ਰਹੇ ਨੇ, ਲਾ ਰਹੇ ਨੇ, ਲਾ ਰਹੇ ਨੇ। ਲਓ ਜੀ ਇੱਕ ਸਟੋਪ ਦਾ ਆਪਣਾ ਲੋਡ ਲੱਥ ਚੁੱਕਾ ਵਾ, ਹੁਣ ਇੱਥੋਂ ਸ਼ਾਟਲ ਤੋਂ ਜਾਣਾ ਆਪਾਂ ਸਪੋਕਨ। ਸਪੋਕਨ ਨਦਰ ਡਰੋਪ ਹੈਗੀ ਆ, ਸੇਮ ਹੀ ਆ, ਕੋਈ ਟਾਈਮ ਮੈਨੂੰ ਲੱਗਦਾ ਖਾਸ ਲੱਗਣਾ ਨਹੀਂ ਆ, ਅਤੇ ਲੱਗਦਾ ਅੱਜ ਆਪਾਂ ਯੂਬਾ ਸਿਟੀ ਮੁੜ ਜਾਵਾਂਗੇ ਰਾਤ ਨੂੰ ਉੱਥੋਂ, ਕਿਉਂਕਿ 13-12-13 ਘੰਟੇ ਲੱਗਦੇ ਸਪੋਕਨ ਤੋਂ ਯੂਬਾ ਸਿਟੀ 'ਤੇ। ਬਸ ਦੱਸ ਫਾਈਨ, ਦੇਖਦੇ ਹਾਂ ਕੀ ਬਣਦਾ। ਮੌਸਮ ਬੜਾ ਪਿਆਰਾ ਸ਼ਾਟਲ ਦਾ ਉਹਦਾ, ਪਰ ਇੱਥੇ ਬਾਰਿਸ਼ਾਂ ਬਹੁਤ ਹੁੰਦੀਆਂ, ਸਨੋਅ ਵੀ ਪੈਂਦੀ ਆ, ਪਰ ਮੌਸਮ ਜਦੋਂ ਇੱਕ ਸੁਹਾਵਣਾ ਹੁੰਦਾ ਹੈ ਤਾਂ ਬਹੁਤ ਹੁੰਦਾ ਹੈ। ਲਓ ਜੀ ਰੈਸਟ ਏਰੀਏ 'ਤੇ ਰੁਕ ਚੁੱਕੇ ਹਾਂ, ਆਪਣਾ ਲੋਡ ਲੱਥ ਗਿਆ ਦੂਜਾ ਵੀ, ਪਰ ਲੋਡ ਕੱਲ੍ਹ ਦਿੱਤਾ ਸਾਡੇ ਸ਼ੇਰ ਨੇ, ਅਤੇ ਬਟ ਕਹਿੰਦਾ ਵੀ ਸ਼ਾਮਾਂ ਤੱਕ ਚੱਕਿਆ ਜਾਣਾ, ਅਤੇ ਜਦੋਂ ਮੈਂ ਅਪੁਆਇੰਟਮੈਂਟ ਵੇਖੀ ਤਾਂ ਕੱਲ੍ਹ ਦੀ ਕਰ ਗੱਲ, ਮੈਂ ਵੀ ਉੱਦਾਂ ਅੰਨਾ ਤੁਰਿਆ ਆਇਆ, ਹੁਣ 20 ਮੀਲਾਂ ਰਹਿ ਗਈਆਂ। ਸੋ ਆਪਾਂ ਹੁਣ ਰੁਕੇ ਹਾਂ ਇੱਥੇ, ਕਰਨ ਨੂੰ ਕੁਛ ਹੈ ਨਹੀਂ ਆ, ਖੁੱਲ੍ਹਾ ਟਾਈਮ ਆ, ਅਤੇ ਬਸ ਹੁਣ ਇੱਥੇ ਸਲੀਪਾਂ ਸਲਾਪਾਂ ਕਰਾਂਗੇ।
ਸਲਿੱਪਾਂ ਸਲੱਪਾਂ ਕਰਕੇ ਤੇ ਫਿਰ ਸਵੇਰੇ ਲੋਡ ਚੱਕ ਕੇ ਤੇ ਆਪਾਂ ਜੁੱਬਾ ਸਿਟੀ ਜਾਵਾਂਗੇ ਤੇ ਫਿਰ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ ਕਿਉਂਕਿ ਜੁੱਬਾ ਸਿਟੀ ਦਾ ਮੇਲਾ ਆ ਚੁੱਕਾ ਹੈ, ਆ ਚੁੱਕਾ ਹੈ। ਵਾਲ ਖਿਲਰੇ ਆ, ਸੁੱਤੀ ਉੱਠੀ ਹੈ ਨਹੀਂ, ਅਸੀਂ ਸੌਣ ਚੱਲੇ ਹਾਂ। ਓਕੇ ਜੀ, ਸਾਰਿਆਂ ਨੂੰ ਗੁੱਡ ਨਾਈਟ, ਮਿਲਦੇ ਹਾਂ ਅਗਲੇ ਵਲੋਗਾਂ ਦੇ ਵਿੱਚ। ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ। ਮੇਰੇ ਤਾਂ ਮੂੰਹ 'ਚ ਸ਼ਬਦ ਅੜ ਜਾਂਦੇ, ਇੱਦਾਂ ਦੇ ਆਰ ਅੜ ਜਾਂਦਾ। ਇੱਕ ਆਰ ਅਤੇ ਇੱਕ ਪਤਾ ਨਹੀਂ ਕਿਹੜਾ ਕਿਹੜਾ ਵਰਡ ਵਾ, ਇੱਕ ਦੋ ਵਰਡ ਹੈਗੇ ਜਿਨ੍ਹਾਂ ਦੇ ਵਿੱਚ ਆਰ ਆਉਂਦਾ, ਮੇਰੇ ਕੋਲ ਚੰਗੀ ਤਰ੍ਹਾਂ ਬੋਲੇ ਹੀ ਨਹੀਂ ਜਾਂਦੇ। ਪਤਾ ਨਹੀਂ ਸੰਗ ਦੇ ਵਿੱਚ ਪ੍ਰੋਬਲਮ ਮੇਰੇ ਲੱਗਦੀ। ਓਕੇ, ਚੰਗਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਹ ਜਿਹੜੇ ਆਪਣਾ ਇਹ ਲੇਡੀ ਆ, ਜਸਟ ਹੁਣੇ ਉਹਨੇ ਨੋਕ ਡੋਰ ਕੀਤੀ ਅਤੇ ਕਹਿੰਦੀ ਮੇਰੇ ਗੱਡੀ ਦੇ ਵਿੱਚ ਮੈਨੂੰ ਗੈਸ ਚਾਹੀਦੀ ਆ, ਸੋ ਮੈਂ ਪੈਸੇ ਦੇ ਦੇ ਥੋੜ੍ਹੇ ਜਿਹੇ, $10 ਹੈਗੇ ਸੀ ਮੇਰੇ ਕੋਲ ਕੈਸ਼ ਦੇ ਵਿੱਚ, ਮੈਂ ਕੈਸ਼ ਬਹੁਤਾ ਰੱਖਦਾ ਨਹੀਂ, ਹੁਣ ਮੈਂ ਉਹਨੂੰ $10 ਦੇ ਦੇ। ਮੈਂ ਕਿਹਾ ਚੱਲ ਹੈਲਪ ਕਰ ਦਿੰਦਾ। ਕਹਿੰਦੀ ਮੈਂ ਥੋੜ੍ਹਾ ਦੂਰ ਜਾਣਾ, ਮੈਨੂੰ ਉਨੇ ਕੁ ਚਾਹੀਦੇ। ਹੁਣ ਉਹ ਸਾਰੇ ਟਰੱਕਾਂ ਦੇ ਜਿੰਨੇ ਇੱਥੇ ਲੱਗੇ ਆ ਨਾ, ਸਾਰਿਆਂ ਦੇ ਕੋਲੋਂ ਨਾ ਡੋਰਾਂ ਨੋਕ ਕਰਦੀ ਪਈ ਆ, ਜਿਹੜੇ ਸੁੱਤੇ ਉਹਨਾਂ ਨੂੰ ਵੀ ਉਠਾ ਲੈਂਦੀ ਅਤੇ ਉਹਨਾਂ ਕੋਲ ਵੀ ਪੈਸੇ ਮੰਗਣ ਦੀ। ਚੱਲ ਮੈਨੂੰ ਪਤਾ ਹੀ ਵੈਸੇ ਵੀ ਜਾਣ ਕੇ ਕਰਦੀ ਪਈ ਆ, ਬਟ ਯੂਨੋ ਲਾਈਕ ਆਪਣੇ ਪੰਜਾਬੀਆਂ ਦੇ ਦਿਲ ਇੱਦਾਂ ਦੇ ਆ ਵੀ ਕੋਈ ਬੰਦਾ ਮੰਗਦਾ ਤਾਂ ਆਪਾਂ ਹਨ। ਮੇਰਾ ਦਿਲ ਤਾਂ ਖਾਸ ਕਰ ਇੱਦਾਂ ਦਾ ਵੀ ਕੋਈ ਆਪਣੇ ਕੋਲ ਕੁਛ ਮੰਗਦਾ, ਜਿੰਨੇ ਕੁ ਯੋਗੇ ਆਪਾਂ ਹੁੰਦੇ ਹਾਂ ਉਨੇ ਕੁ ਹੈਲਪ ਕਰ ਦੇਈਦੀ ਆ। ਸੋ ਇੰਨੀ ਕੀ ਕਰ ਸਕਦਾ, ਜਿੰਨੇ ਕੁ ਮੇਰੇ ਕੋਲ $12 ਸੀ, $10 ਉਹਨੂੰ ਦੇ ਦਿੱਤੇ। ਮੈਂ ਕਿਹਾ ਇਹੋ ਯਾਰ ਮੇਰੇ ਕੋਲ $2 ਮੈਂ ਕਿਹਾ ਰਹਿ ਗਏ, ਮੈਂ ਕਿਹਾ ਉਹ $2 ਮੈਂ ਬਸ ਮੱਥਾ ਟੇਕਣ ਵਾਸਤੇ ਰੱਖੀ ਆ, ਅਤੇ ਕਿਉਂਕਿ ਡਾਲਰ ਕਈ ਵਾਰ ਮਿਲਦੇ ਨਹੀਂ, ਲੱਭਦੇ ਨਹੀਂ, ਅਤੇ ਉਹ ਹੁਣ ਸਾਰਿਆਂ ਨੇ ਡਿਸਟਰਬ ਕਰਦੀ ਪਈ ਆ। ਬਟ ਚਲੋ ਹੁਣ ਤੈਨੂੰ, ਚਲੋ ਉਹਨਾਂ ਦਾ ਨੇਚਰ ਇੱਦਾਂ ਦਾ ਕਿ ਹੁਣ ਮਿਲ ਗਈ ਆ ਅਤੇ ਕਿਉਂ ਡਿਸਟਰਬ ਕਰਨੀ ਸੌਖੇ ਨੇ। ਬਟ ਇਟਸ ਓਕੇ, ਮਾੜਾ ਜਿਹਾ ਓਕੇ।